ਪਹਿਲਾਂ ਇਹ ਦੱਸ ਪੇਪਰ ਕਿਵੇਂ ਹੋਇਆ ਅੱਜ? ਵਧੀਆ ਹੋਇਆ? ਠੀਕ ਆ ਠੀਕ ਆ। ਆ ਚਿਹਰੇ ਦੀ ਰੌਣਕ ਜੀ ਤਾਂ ਹੈਗੀ, ਮਾੜੀ ਮੋਟੀ ਲੱਗਦਾ ਪੇਪਰ ਵਧੀਆ ਹੋਇਆ ਹੋਣਾ। ਪੇਪਰ ਵਧੀਆ ਹੋਇਆ ਪਰ ਪਹਿਲਾਂ ਸਾਰੇ ਬੰਦੇ ਕਹਿੰਦੇ ਹੁੰਦੇ ਪੇਪਰ ਬੜਾ ਵਧੀਆ ਹੋਇਆ, ਜਦੋਂ ਹੋ ਗਿਆ ਨਾ 31 ਮਾਰਚ ਨਤੀਜੇ ਵਾਲਾ ਦਿਨ, ਪਤਾ ਉਦੋਂ ਲੱਗਦਾ ਪੇਪਰ ਕਿਹੋ ਜਿਹਾ ਹੋਇਆ ਸੀ। ਜਦੋਂ ਅਖੀਰਲਾ ਪੇਪਰ ਆ ਤੇ ਮੁਟਿਆਰ ਗੱਭਰੂ ਦੇ ਕੋਲੇ ਆ ਕੇ ਹੌਲੀ ਕੀ ਕਹਿੰਦੀ ਆ, ਕਿਉਂਕਿ ਪੇਪਰਾਂ ਤੋਂ ਬਾਅਦ ਫਿਰ ਵਿਛੋੜੇ ਪੈ ਜਾਂਦੇ ਆ, ਠੀਕ ਆ ਜੀ, ਉਹ ਕੀ ਕਹਿੰਦੀ ਆ ਤੇ ਅੱਗੋਂ ਕੀ ਜਵਾਬ ਦਿੰਦਾ? ਹਾਂਜੀ ਅਸੀਂ ਕਹਿ ਰਹੀਆਂ ਫਿਰ ਭੁਜਾਨ ਗੱਡੀ ਜਾਂਦਾ ਮੇਰੀ ਤੇਰਾ ਵੇ ਪਿਆਰ। ਹੌਲੀ ਹੌਲੀ ਹੱਲ ਆਪੇ ਕੋਈ ਲੱਭ ਜੂਗਾ, ਹੌਲੀ ਹੌਲੀ ਹੱਲ ਆਪੇ ਕੋਈ ਲੱਭ ਜੂਗਾ, ਹੌਲੀ ਹੌਲੀ ਹੱਲ ਸਾਡੇ ਕੋਲ ਕੀ ਸਕੀਮਾਂ ਥੋੜੀਆਂ, ਸੱਚਿਆਂ ਦਿਲਾਂ ਨੂੰ ਰੱਬ ਆਪੇ ਮਿਲਦਾ ਨੀ ਚੰਨੋ ਉਹਦੇ ਉੱਤੇ ਰੱਖ ਡੋਰੀਆਂ, ਸੱਚਿਆਂ ਦਿਲਾਂ ਨੂੰ ਰੱਬ ਆਪੇ ਮਿਲਦਾ ਨੀ ਚੰਨੋ ਉਹਦੇ ਉੱਤੇ ਰੱਖ ਡੋਰੀਆਂ। ਚਾਨ ਕੱਢੀ ਜਾਂਦਾ ਮੇਰੇ ਤੇਰਾ ਵੇ ਪਿਆਰ, ਚਾਨ ਕੱਢੀ ਜਾਂਦਾ ਮੇਰੇ ਤੇਰਾ ਵੇ ਪਿਆਰ, ਚਾਨ ਕੱਢੀ ਜਾਂਦਾ ਮੇਰੇ ਤੇਰਾ ਵੇ ਪਿਆਰ, ਸੱਚੇ ਦਿਲ ਸੋਹਣਿਆ ਕਿਹਾ ਪੇਪਰਾਂ ਤੋਂ ਬਾਅਦ ਕਿਵੇਂ ਮਿਲਿਆ ਕਰਾਂਗੇ ਇਸ ਗੱਲ ਦਾ ਹੀ ਫਿਕਰ, ਪੇਪਰਾਂ ਤੋਂ ਬਾਅਦ ਕਿਵੇਂ ਮਿਲਿਆ ਕਰਾਂਗੇ ਇਸ ਗੱਲ ਦਾ ਹੀ ਫਿਕਰ ਪਿਆ। ਕੋਈ ਲੱਭ ਜੂਗਾ ਹੌਲੀ ਹੌਲੀ ਹੱਲ ਆਪੇ ਕੋਈ ਲੱਭ ਜੂਗਾ ਹੌਲੀ ਹੌਲੀ ਹੱਲ ਸਾਡੇ ਕੋਲ ਕੀ ਸਕੀਮਾਂ ਥੋੜੀਆਂ, ਸੱਚਿਆਂ ਦਿਲਾਂ ਨੂੰ ਰੱਬ ਆਪੇ ਮਿਲਦਾ ਨੀ ਚੰਨੋ ਉਹਦੇ ਉੱਤੇ ਰੱਖ ਡੋਰੀਆਂ, ਸੱਚਿਆਂ ਦਿਲਾਂ ਨੂੰ ਬਾਬਾ ਆਪੇ ਮਿਲਦਾ ਨੀ ਚੰਨੋ ਉਹਦੇ ਉੱਤੇ ਛੱਡਦੇ। ਸੱਚਿਆਂ ਦਿਲਾਂ ਨੂੰ ਰੱਬ ਆਪੇ ਮਿਲਦਾ ਨੀ ਚੰਨੋ ਉਹਦੇ ਉੱਤੇ ਰੱਖ, ਸੱਚਿਆਂ ਦਿਲਾਂ ਨੂੰ ਰੱਬ ਆਪੇ ਮਿਲਦਾ ਨੀ ਚੰਨੋ ਉਹਦੇ ਉੱਤੇ ਰੱਖ ਡੋਰੀਆਂ।
ਤੇਰੀ ਹੂਰ ਲੈ ਜਾ ਕਿਤੇ ਮੈਨੂੰ ਦੁਨੀਆ ਤੋਂ ਦੂਰ ਕਰੇ ਬੜਾ ਪੂਰੀ ਤੇਰੀ ਹੂਰ ਲੈ ਜਾ ਕਿਤੇ ਮੈਨੂੰ ਦੁਨੀਆ ਤੋਂ ਦੂਰ ਛੇਤੀ ਵੇ ਕਰਮ ਜੀਤ ਆਪਣੀ ਬਣਾ ਲੈ ਛੇਤੀ ਵੇ ਕਰਮ ਜੀਤ ਆਪਣੀ ਬਣਾ ਲੈ ਮੈਥੋਂ ਵੱਖ ਹੋ ਕੇ ਜਾਂਦਾ ਨੀ ਰਿਹਾ ਬਾਅਦ ਕੀ ਮੈਂ ਮਿਲਿਆ ਕਰਾਂਗੇ ਇਸ ਗੱਲ ਦਾ ਹੀ ਫਿਕਰ ਪੇਪਰਾਂ ਤੋਂ ਬਾਅਦ ਕੀ ਮੈਂ ਮਿਲਿਆ ਕਰਾਂਗੇ ਇਸ ਗੱਲ ਦਾ ਹੀ ਫਿਕਰ ਪਿਆ ਗੱਲ ਪਤਾ ਕੀ ਆ ਜਿੱਥੋਂ ਤੱਕ ਨਾ ਪਿਆਰ ਦੀ ਗੱਲ ਆ ਇਹ ਪਿਆਰ ਚੱਲਿਆ ਆ ਮੁੱਢ ਕਦੀਮੋ ਇਹ ਚੱਲਦਾ ਰਹਿਣਾ ਪਰ ਜਿਹੜੀ ਆ ਘਰੋਂ ਭਜਨ ਭਜਾਉਣ ਵਾਲੀ ਗੱਲ ਨਾ ਇਹ ਸਾਡੇ ਮਾਫ਼ ਨਹੀਂ ਜਿਹੜਾ ਕਿੰਨੇ ਸਿਆਣੇ ਲੋਕ ਬੈਠੇ ਆ ਬਹੁਤ ਵਧੀਆ ਹੁਣ ਤਾਂ ਕਰੀਮ ਬੈਠੀ ਆ ਪੰਜਾਬ ਦੀ ਕਰੀਮ ਜਿਹੜੀ ਆਉਲੀਆ ਸਾਹਿਬ ਉਹ ਬੈਠੀ ਆ ਉਹ ਪਿੱਛੇ ਬੈਠਾ ਬਾਪੂ ਜੀ ਖੋਡਾ ਫੜਿਆ ਹੱਥ ਦੇ ਵਿੱਚ ਜਿਹੜਾ ਬੰਦਾ ਇਹੀ ਜਿਹਾ ਕੰਮ ਕਰਦਾ ਉਹਦੇ ਮੋਹਰਾਂ ਦੇ ਬਹੁਤ ਪਿੰਡ ਆਹੀ ਠੁੰਡੇ ਫਿਰ ਇਸ ਕਰਕੇ ਬਾਈ ਨੇ ਇੱਕ ਬੜੀ ਸੋਹਣੀ ਗੱਲ ਲਿਖੀ ਆ ਕੀ ਲਿਖਿਆ ਬਈ ਹਾਂ ਇਹ ਲੱਗਦੇ ਆਖੀ ਗੱਲ ਰੱਖੀ ਯਾਦ ਨੀ ਮਾਪਿਆਂ ਦਾ ਲੈਣਾ ਇਹ ਆਸ਼ੀਰਵਾਦ ਨਹੀਂ ਇਹ ਲੱਗਦੇ ਰਾਖੀ ਗੱਲ ਰਾਖੀ ਯਾਦ ਨਹੀਂ ਮਾਪਿਆਂ ਦਾ ਲੈਣਾ ਇਹ ਆਸ਼ੀਰਵਾਦ ਨਹੀਂ ਘਰੋਂ ਭੱਜ ਕੇ ਕਰ ਲਾ 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 ਭੱਜ ਕੇ ਕਰਾਏ ਵਿਆਹ ਨਿਭਦੇ ਨਹੀਂ ਹੁੰਦੇ ਭੱਜ ਕੇ ਕਰਾਏ ਵਿਆਹ ਨਿਭਦੇ ਨਹੀਂ ਹੁੰਦੇ ਸੁਣ ਪੂਰੀ ਦੀਆਂ ਗੱਲਾਂ ਕੋਰੀਆਂ ਸੱਤਿਆਂ ਦਿਲਾਂ ਨੂੰ ਆਪੇ ਰੱਬ ਮਿਲਦਾ ਨਹੀਂ ਚੰਨੋ ਦੇ ਉੱਤੇ ਰੱਖ ਡੋਰੀਆਂ ਸੱਤਿਆਂ ਦਿਲਾਂ ਨੂੰ ਰੱਬੇ ਆਪੇ ਮਿਲਦਾ ਨਹੀਂ ਚੰਨੋ ਦੇ ਉੱਤੇ ਰੱਖ ਡੋਰੀਆਂ ਥੈਂਕ ਯੂ ਜੀ ਥੈਂਕ ਯੂ ਮਿਹਰਬਾਨੀ ਸਰ ਅਸ਼ੋਕ ਬਾਂਸਲ ਮਾਨਸਾ ਜੀ ਤੁਹਾਡੇ ਨਾਲ 2 ਮਿੰਟ ਗੱਲ ਕਰਨਗੇ ਸਰਦਾਰ ਸੰਧੂ ਜੀ ਬਾਰੇ ਬਹੁਤ ਬਹੁਤ ਸ਼ੁਕਰੀਆ ਤੇਰੇ ਕਦਮਾਂ ਦੀ ਧੂੜ ਨਿਗੂਣੀ ਨੂੰ ਅਰਸ਼ਾਂ ਤੇ ਚੜਾਉਣ ਨੂੰ ਜੀ ਕਰਦਾ ਮੈਨੂੰ ਆਪਣੇ ਪਾਗਲਪਨ ਦੀ ਸੌਂ ਤੇਰਾ ਖਵਾਉਣ ਨੂੰ ਜੀ ਕਰਦਾ ਜ਼ਿੰਦਗੀ ਦੇ ਪੱਧਰੇ ਰਾਹਾਂ ਤੇ ਮੈਂ ਤੁਰਦਾ ਤੁਰਦਾ ਥੱਕ ਗਿਆ ਕੋਈ ਰਾਹ ਵਿੱਚ ਟੋਆ ਪੁੱਟ ਜਰਾ ਮੇਰਾ ਠੋਕਰ ਖਾਣ ਨੂੰ ਜੀ ਕਰਦਾ ਆ ਦੱਸਿਆ ਕੱਲ ਸ਼ਰੀਕਾਂ ਨੇ ਨਾ ਤੇਰਾ ਜ਼ਹਿਰ ਦੀ ਗੰਦਲ ਹੈ ਮੈਂ ਠੋਕ ਵਜਾ ਕੇ ਫੇਰ ਕਿਹਾ ਮੇਰਾ ਜ਼ਹਿਰ ਖਾਣ ਨੂੰ ਜੀ ਕਰਦਾ ਦੋਸਤੋ ਇਹ ਗੱਲ ਕਹਿਣ ਦਾ ਮੇਰਾ ਇੱਕੋ ਹੀ ਮਕਸਦ ਹੈ ਮੈਂ ਵੀ ਤੁਹਾਡੇ ਵਰਗਾ ਗੀਤ ਸੰਗੀਤ ਪ੍ਰੇਮੀ ਹਾਂ ਇਸ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਕਲਾਕਾਰ ਅਦਾਕਾਰ ਖਿਡਾਰੀ ਲਿਖਾਰੀ ਦੇਸ਼ ਕੌਮ ਦਾ ਸਰਮਾਇਆ ਹੁੰਦੇ ਨੇ ਇਸ ਏਰੀਏ ਦੇ ਵਿੱਚ ਭਰੋਵਾਲ ਦੇ ਵਿੱਚ ਡੇਢ ਡੇਢ ਦੋ ਦੋ ਸੌ ਕਿੱਲਿਆਂ ਵਾਲੇ ਜ਼ਮੀਂਦਾਰ ਵੀ ਬੈਠੇ ਹੋਣਗੇ ਬਹੁਤ ਵੱਡੇ ਵੱਡੇ ਇੰਡਸਟਰੀਸਟ ਵੀ ਬੈਠੇ ਹੋਣਗੇ ਪਰ ਜੇ ਮੇਲਾ ਲੱਗਦਾ ਤਾਂ ਭਰੋਵਾਲ ਦੇ ਦੀਦਾਰ ਦੇ ਨਾਂ ਦੇ ਥੱਲੇ ਲੱਗਦਾ ਮੈਂ ਵੀ ਤੁਹਾਡੇ ਵਾਂਗੂ ਦੀਦਾਰ ਦਾ ਹੀ ਉਪਾਸ਼ਕ ਹਾਂ ਮੇਰੇ ਯਾਦ ਹੈ 1992 ਦੇ ਵਿੱਚ ਮੈਂ ਮੁਹੰਮਦ ਸਦੀਕ ਸਾਹਿਬ ਨੂੰ ਰਿਕਾਰਡ ਕਰ ਰਿਹਾ ਸੀ ਤੇ ਜਿਹੜੇ ਉਹਦੇ ਵਿੱਚ ਦੋ ਗੀਤ ਹੋਏ ਸੀ ਪਹਿਲਾ ਗੀਤ ਜਿਹੜਾ 1968 ਦੇ ਵਿੱਚ ਰਿਕਾਰਡ ਹੋਇਆ ਸੀ ਦੀਦਾਰ ਸੰਧੂ ਦਾ ਸਦੀਕ ਸਾਹਿਬ ਨੇ ਗਾਇਆ ਸੀ ਆਹ ਫੜ ਮੁੰਦਰਾਂ ਨੀ ਡੰਡੀਆਂ ਕਢਾ ਲਵੀਂ ਚੰਨੋ ਸੋਹਣੇ ਰੂਪ ਨੂੰ ਤੂੰ ਚਾਰ ਚੰਨ ਲਾ ਲਵੀਂ ਉਸ ਟਾਈਪ ਦਾ ਟਾਈਟਲ ਸੀ ਉਹ ਰੱਖਿਆ ਸੀ ਤੇ ਉਹ 'ਚ ਇੱਕ ਸੰਧੂ ਸਾਹਿਬ ਦਾ ਗੀਤ ਸੀ ਸਾਡੇ ਸਦਾ ਲਈ ਵਿਛੜ ਗਿਆ ਯਾਰਾ ਟ੍ਰਿਬਿਊਟ ਸੀ ਸੰਧੂ ਸਾਹਿਬ ਨੂੰ ਸਾਡੇ ਸਦਾ ਲਈ ਵਿਛੜ ਗਿਆ ਯਾਰਾ ਰੋ ਰੋ ਤੈਨੂੰ ਯਾਦ ਕਰੀਏ
ਭਰੋ ਵਾਲ ਦੇ ਆ ਸੰਧੂਆ ਦੇ ਦਾਰਾ ਰੋ ਰੋ ਤੈਨੂੰ ਯਾਦ ਕਰੀਏ। ਤੋ ਅੱਜ ਜਿਸ ਗੱਲ ਵਾਸਤੇ ਮੈਨੂੰ ਮੇਰੇ ਵੀਰ ਜਗਮੋਹਨ ਨੇ ਅੱਗੇ ਲੈ ਕੇ ਆਂਦਾ, ਉਹ ਛੋਟੀ ਗੱਲ ਨਹੀਂ, ਗੱਲ ਵੱਡੀ ਹੈ। ਕਿਉਂਕਿ ਇਹਨਾਂ ਕਲਾਕਾਰਾਂ ਦੀ ਜਿਹੜੀ ਗਾਇਕੀ ਹੈ ਉਹ ਆ ਸੱਥਾਂ ਹੱਟੀਆਂ ਭੱਠੀਆਂ ਦਰਵਾਜ਼ਿਆਂ ਤੋਂ ਸ਼ੁਰੂ ਹੋ ਕੇ ਕਿੱਥੇ ਜਾ ਪਹੁੰਚਦੀ ਹੈ, ਇਹ ਇੱਕ ਨਵੀਂ ਗੱਲ ਹੋਣ ਲੱਗੀ ਹੈ। ਅੱਜ ਮੇਰੇ ਪਿੰਡ ਦਾ ਪ੍ਰਿੰਸੀਪਲ, ਮੇਰੇ ਸ਼ਹਿਰ ਦਾ ਪ੍ਰਿੰਸੀਪਲ ਪਰਮਜੀਤ ਸਿੰਘ, ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਊ, ਮੈਂ ਤੁਹਾਡੀਆਂ ਜ਼ੋਰਦਾਰ ਤਾੜੀਆਂ ਤੁਹਾਡੇ ਸਨਮੁਖ ਕਰਨ ਲੱਗਿਆ। ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਦੇ ਵਿੱਚ ਹੋਇਆ ਕਿ ਉਹਨੇ ਦੀਦਾਰ ਸੰਧੂ ਦੇ ਗੀਤਾਂ ਦੇ ਉੱਤੇ PhD ਕਰਕੇ ਡਾਕਟਰੇਟ ਕੀਤੀ। ਔਰ ਡਾਕਟਰ ਪਰਮਜੀਤ ਸਿੰਘ ਮੈਂ ਤੁਹਾਡੇ ਸਾਹਮਣੇ ਕਰ ਰਿਹਾ। ਔਰ ਵੱਡੀ ਗੱਲ ਇਹ ਹੈ ਕਿ ਸੰਧੂ ਸਾਹਿਬ ਦੇ ਸਿਰਫ ਇੱਕੋ ਹੀ ਚੈਪਟਰ ਨੂੰ ਲੈ ਕੇ ਦੀਦਾਰ ਦੇ ਗੀਤਾਂ ਦਾ ਸਾਹਿਤਕ ਤੇ ਸਮਾਜਿਕ ਸਰੋਕਾਰ, ਸਿਰਫ ਇਸ ਤੇ PhD ਕੀਤੀ ਹੈ ਇਹਨਾਂ ਨੇ। ਇਹਤੋਂ ਅਗਲੇ ਹੋਰ ਵੀ ਬੜੇ ਵਿਸ਼ੇ ਨੇ, ਇਸ ਤੋਂ ਬਾਅਦ ਪਰਮਜੀਤ ਜੀ ਗੱਲ ਕਰਨਗੇ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਇੱਕ ਪੜ੍ਹਨ ਲਿਖਣ ਵਾਲਾ ਬੰਦਾ ਤੇ ਗੀਤਾਂ ਦਾ ਸੁਭਾਅ ਸ਼ੁਰੂ ਤੋਂ ਸੁਣਦੇ ਆਏ ਹਾਂ।